ਜਿਹੜਾ ਸਾਡੇ ਤੋਂ ਪਹਿਲਾ ਕਾਫਲਾ ਲੰਘ ਕੇ ਗਿਆ ਨਾ, ਕਿਸੇ ਹੋਰ ਪਾਸਿਓਂ ਆਇਆ, ਉਸ ਜਿਸ ਵੇਲੇ ਉੱਥੋਂ ਲੰਘਿਆ ਨਾ, ਉਹਨਾਂ ਲੋਕਾਂ ਨੇ ਰੋਟੀਆਂ ਦੇ ਵਿੱਚ ਜ਼ਹਿਰ ਪਾ ਕੇ, ਆਟੇ ਵਿੱਚ ਉਹ ਪਕਾ ਕੇ ਨਾ ਉੱਥੇ ਦਾਲ, ਖੂਨ ਤਾਂ ਵਗਦਾ ਸੀ, ਸਾਡੇ ਵਾਲੇ ਛੁਰੇ ਲੈ ਕੇ ਮਗਰ ਪਏ ਸੀ। ਉੱਥੇ ਜਿਸ ਵੇਲੇ ਉਹ ਖੂਨ ਖਤਮ ਹੋਣ ਲੱਗਾ, ਉਹਦੇ ਵਾਲਾ ਵੀ ਮੁੱਕਣ ਲੱਗਾ, ਉਹਨਾਂ ਤਰੇ ਸਾਢੇ 300 ਗੱਡੇ ਦਾ ਇੱਕ ਕੰਮ ਸੀ, ਦੋ ਬੈਲ ਜੁੜਦੇ ਹੁੰਦੇ ਗੱਡੇ ਨਾਲ। ਜਦੋਂ ਤੁਸੀਂ ਆਏ ਸੋ ਦਿੱਕੀ ਸ਼ਹਿਰ ਦੀ ਕੀ ਕਫੀਅਤ ਸੀ, ਕੀ ਇੱਥੇ ਕੁਛ? ਕੋਈ ਕਫੀਅਤ ਨਹੀਂ ਸੀ, ਕੋਈ ਵਕਤ ਨਹੀਂ ਸੀ ਸ਼ਹਿਰ ਦੀ, ਬਾਜ਼ਾਰ ਦੀ ਕੋਈ ਰੌਣਕ ਨਹੀਂ ਸੀ, ਲੱਗੀ ਸੀਟਾਂ ਦੀ ਉਹ ਵੀ ਇਹਨੇ ਫਾਸਲੇ 'ਤੇ ਲਾਉਂਦੀ ਸੀਟ, ਇਹਨਾਂ ਦੇ ਵਿੱਚ ਚਵਾਨੀਆਂ ਅਠਿਆਨੀਆਂ ਉਹਨਾਂ ਨੇ ਲਾਈ। ਉਹ ਇੱਥੇ ਗੱਲ ਸੀ ਫਿਰ ਬਜ਼ੁਰਗਾਂ ਨਾਲ ਗੱਲ ਕਰਾਂਗੇ। ਪ੍ਰੋਗਰਾਮ ਸਾਡਾ ਆਪਣਾ ਪੰਜਾਬ ਦੀ ਤਰਫੋਂ ਪੇਸ਼ ਕੀਤਾ ਜਾ ਰਿਹਾ। ਇਹ ਬਜ਼ੁਰਗ ਨਾਲ ਇਹਨਾਂ ਨਾਲ ਪਹਿਲਾਂ ਵੀ ਇੱਕ ਦਫ਼ਾ ਅਸੀਂ ਇੰਟਰਵਿਊ ਕਰ ਚੁੱਕੇ ਹਾਂ, ਲੇਕਿਨ ਅੱਜ ਦੁਬਾਰਾ ਕਰ ਰਹੇ ਹਾਂ। ਉਦੋਂ ਗੱਲ ਤਫਸੀਲਾਂ ਨਹੀਂ ਸੀ ਹੋ ਸਕੀ, ਅੱਜ ਇਹਨਾਂ ਨੂੰ ਉਦੋਂ ਤਬੀਅਤ ਵੀ ਇਹਨਾਂ ਦੀ ਖਰਾਬ ਸੀ, ਅਤੇ ਅੱਜ ਮਾਸ਼ਾਅੱਲਾ ਠੀਕ ਠਾਕ ਨੇ, ਅਤੇ ਇਹਨਾਂ ਨਾਲ ਦੁਬਾਰਾ ਗੱਲ ਕਰ ਰਹੇ ਹਾਂ। ਹਾਂਜੀ, ਕੀ ਨਾਂ ਹੈ ਤੁਹਾਡਾ ਜੀ? ਮੇਰਾ ਨਾਮ ਮਲਕ ਅਬਦੁਲ ਸਤਾਰ ਹੈ। ਇਹ ਬਜ਼ੁਰਗਾਂ ਦਾ ਰਹਿਮਤੁੱਲਾ। ਅਤੇ ਕਿਹੜਾ ਸੀ ਪਿੰਡ ਤੁਹਾਡਾ? ਜ਼ਿਲ੍ਹਾ ਜ਼ਿਲ੍ਹਾ ਹੁਸ਼ਿਆਰਪੁਰ ਹੈ, ਪਿੰਡ ਬਲਾਚੌਰ ਸੀ, ਤਹਿਸੀਲ ਗੜਸ਼ੰਕਰ ਸੀ, ਅਤੇ ਜ਼ਿਲ੍ਹਾ ਹੁਸ਼ਿਆਰਪੁਰ ਸੀ। ਅੱਛਾ, ਅਤੇ ਕਿੰਨੀ ਉਮਰ ਸੀ ਤੁਹਾਡੀ ਜਦੋਂ ਪਾਕਿਸਤਾਨ? 12-13 ਸਾਲ ਦੀ ਉਮਰ। ਤੁਹਾਨੂੰ ਇਹਦਾ ਮਤਲਬ ਹੈ ਸਾਰੀ ਸਮਝ ਹੈ? ਸਾਰੀ ਸਮਝ ਹੈ, ਆਉਣ ਦੀ ਜਾਣ ਦੀ ਜੋ ਕੁਛ। ਅੱਛਾ, ਕਿਸ ਤਰ੍ਹਾਂ ਦਾ ਸੀ ਮਾਹੌਲ ਵਿੱਚ ਪਿੰਡ ਵਿੱਚ? ਕਿਹੜੀਆਂ ਬਰਾਦਰੀਆਂ ਸਨ ਉੱਥੇ? ਜਾਂ ਕਿਹੜਾ ਬਰਾਦਰੀਆਂ? ਅਲੈਦਾ ਸੀ ਉੱਥੇ ਪਿੰਡਾਂ ਦੇ, ਸਾਡੇ ਹਿਸਾਬ ਕਿਤਾਬ ਸੀ ਵੀ ਈਸਾਈ ਵੱਖਰੇ ਹੁੰਦੇ ਸੀ, ਹਿੰਦੂ ਵੱਖਰੇ, ਸਿੱਖ ਵੱਖਰੇ, ਮੁਸਲਮਾਨ ਵੱਖਰੇ। ਹਾਂਜੀ। ਅੱਛਾ, ਇੱਕ ਹੋਰ ਬਰਾਦਰੀ ਸੀ ਚਮਾਰ। ਅੱਛਾ, ਜਿਹੜੀ ਜੁੱਤੀਆਂ ਸੀਂਦੇ ਸਨ ਅਸੀਂ, ਉਹਨਾਂ ਚਮਾਰ ਸੀ, ਜਿਵੇਂ ਮੋਚੀ ਨੇ ਤੇ ਅਮੋਚੀ ਕਹਿ ਲਓ। ਹਾਂਜੀ, ਇਹ ਵੱਖੋ ਵੱਖਰੇ ਪੱਟੀਆਂ ਸੀ। ਅੱਛਾ, ਇਹ ਇਹਨਾਂ 'ਚ ਨਹੀਂ ਰਲਦੇ, ਇਹ ਇਹਨਾਂ 'ਚ ਨਹੀਂ ਰਲਦੇ, ਇਹ ਰਲਦੇ, ਇਹ ਵੀ ਨਹੀਂ। ਅੱਛਾ, ਇਹਨਾਂ ਦੇ ਆਪਣੇ ਆਪਣੇ ਘਰ ਆਪਣੇ ਆਪਣੇ ਬਸਤੀ ਦੇ ਵਿੱਚ ਬਣੇ ਸੀ, ਪਿੰਡ ਸੀ ਬਹੁਤ ਬੜਾ। ਅੱਛਾ, ਬਸ ਸਨ 47 ਸ਼ੁਰੂ ਹੋ ਗਈ, ਐਲਾਨ ਹੋ ਗਏ, ਕੁਛ ਲੋਕ ਸਾਡੇ ਰਿਸ਼ਤੇਦਾਰ ਇੱਥੇ ਜ਼ਿਲ੍ਹਾ ਨਨਕਾਣੇ ਦੇ ਵਿੱਚ ਵੀ ਸੀ। ਹਾਂਜੀ, ਸਾਡਾ ਭਾਈ ਕੈਪਟਨ ਸੀ ਹਫਾਜ ਦਾ, ਸਾਨੂੰ ਤਲਾਵਾਂ ਚਲੀਆਂ ਗਈਆਂ, ਗੜਬੜ ਸ਼ੁਰੂ ਹੋ ਗਈ, ਹਰ ਸ਼ਹਿ ਹੋ ਗਈ। ਭਾਈ ਨੇ ਇਜਾਜ਼ਤ ਦੇ ਤੀ ਸਾਨੂੰ ਕਿ ਤੁਸੀਂ ਕਰੋ, ਇੰਨੇ ਦਿਨ ਤੁਹਾਡੇ ਕੋਲ ਬਾਕੀ ਨੇ, ਤੁਸੀਂ ਆਪਣੇ ਸਮਾਨ ਬੰਨੋ, ਬੰਨ ਕੇ ਗੱਡੀ ਕਰਾ ਲਓ, ਟਰੱਕ ਕਰਾ ਲਓ, ਕੁਛ ਕਰਾ ਲਓ, ਤੁਸੀਂ ਪਾਕਿਸਤਾਨ ਪਹੁੰਚ ਜਾਓ। ਅਸੀਂ ਕਰਦਿਆਂ ਪਰੇਸ਼ਾਨ ਹੋਏ ਬੜੇ, ਜਿਹੜੇ ਬਜ਼ੁਰਗ ਸੀ ਉਹਨਾਂ ਮੀਟਿੰਗ ਕਰੀ ਬੈਠ ਕੇ, ਉਹਨਾਂ ਨੇ ਆਖਿਆ ਵੀ ਅਸੀਂ ਇਕੱਲੇ ਤੋਂ ਇਕੱਲੇ ਬੰਦੇ ਨਹੀਂ ਜਾਣ ਵਾਲੇ, ਨਾ ਇਹਨਾਂ ਨੇ ਜਾਣਾ, ਜੇ ਇਹ ਬਾਰੇ ਤਾਂ ਅਸੀਂ ਮਰਾਂਗੇ, ਅਸੀਂ ਜਿਉਂਦੇ ਰਹਿ ਤਾਂ ਇਹ ਵੀ ਜਿਉਂਦੇ ਰਹਿਣ। ਖੈਰ, ਗੱਲ ਉਹਨਾਂ ਦੀ ਜੁੜ ਗਈ, ਆਪਣਾ ਆਪਣਾ ਸਮਾਨ ਜੋ ਛੈ ਲਿਆ ਦਿੱਤਾ, ਕੱਪੜੇ ਕੁਪੜੇ ਕੁਛ ਚੁੱਕਿਆ ਨਹੀਂ, ਲੈਣਾ ਨਹੀਂ ਦੇਣੀ, ਜਾਪਦਾ ਸੀ ਵੀ ਅਸੀਂ ਪਰਸੋਂ ਪਾਕਿਸਤਾਨ ਚਲੇ ਜਾਂ। ਇਹੀ ਸ਼ਰਤ ਸੀ, ਇਹ ਤਿੰਨੇ ਕੱਪੜੇ ਜਾਂ ਕੋਈ ਬੀਬੀਆਂ ਨੇ ਸਿਰਾਂ ਦੇ ਕੱਪੜੇ ਦਿੱਤੀਆਂ, ਜਿਹੜੇ ਬਸੇ ਨਹੀਂ, ਬਾਕੀ ਕੋਈ ਸਮਾਨ, ਕੋਈ ਸਮਾਨ ਜਿੰਦਰੇ ਲਾਏ ਤੁਰ। ਸਾਡੇ ਤੋਂ ਤਕਰੀਬਨ ਮੀਲ ਡੇਢ ਮੀਲ ਥਾਣਾ ਸੀ, ਉਸ ਥਾਣੇ ਦੇ ਵਿੱਚ ਲੁਧਿਆਣੇ ਤੋਂ ਸੜਕ ਜਾਂਦੀ ਸੀ, ਅੰਬਾਲੇ ਤੋਂ ਸੜਕ ਆਉਂਦੀ ਸੀ, ਅਤੇ ਇੱਕ ਪਹਾੜੀ ਇਲਾਕਾ ਹੈ ਉਹਦਾ, ਮੇਰੇ ਉਸ ਪਾ ਬੜਾ ਆਸਾ ਪਾਸਾ ਜਗ੍ਹਾ ਸੀ ਉਹਦੀ, ਉੱਥੇ ਕੈਂਪ ਲੱਗ ਗਿਆ ਸਾਡਾ। ਅਤੇ ਫਿਰ ਚੌਵਾਂ ਸੜਕਾਂ ਤੋਂ ਬੰਦੇ ਉੱਠ ਕੇ ਜਿਵੇਂ ਜਿਵੇਂ ਆਉਂਦੇ ਗਏ ਨਾ, ਉੱਥੇ ਜਮ੍ਹਾਂ ਹੁੰਦੇ ਗਏ, ਅਤੇ ਮੇਰਾ ਖਿਆਲ ਹੈ 4 ਕੈਂਪ ਉੱਥੇ 5 ਲੱਗ ਚੁੱਕੇ ਸੀ, ਕੋਈ ਤਕਰੀਬਨ ਮੇਰੇ ਖਿਆਲ 2-2.5 ਹਜ਼ਾਰ ਬੰਦਾ ਜ਼ਿਆਦਾ ਬਲਕੇ ਬਣ ਗਿਆ ਸੀ, ਤੋੜਦੇ ਥੋੜ੍ਹਿਆਂ ਗੱਡਿਆਂ ਦੀ। ਅਸੀਂ ਫਿਰ ਸੋਚਿਆ ਹੈ ਵੀ ਸਾਡੇ ਜਿਹੜੇ ਹਿੰਦੂ ਲੋਕ ਸੀ ਅੱਛੇ ਸੀ, ਉਹਨਾਂ ਨੇ ਸਾਡੀ ਬੜੀ ਖਿਦਮਤ ਕਰੀ, ਕਾਰੋਬਾਰਾਂ ਦੀਆਂ ਅਸੀਂ ਦੁਕਾਨਾਂ ਨੂੰ ਜੰਦਰੇ ਲਾ ਦਿੱਤੇ, ਉਹ ਫਿਰ ਸਾਨੂੰ ਲਿਜਾ ਕੇ ਵਾਪਸ ਜਿਸਾ ਉਹੀ ਘਰ ਜੰਦਰੇ ਕੁਰਾਏ ਨੇ, ਸਮਾਨ ਦਿੱਤਾ ਖਾਣ ਦਾ ਪੀਣ ਦਾ, ਅਤੇ ਇੱਕ ਪਤਾ ਨਹੀਂ ਕੀ ਬਿਮਾਰੀ ਪੈ ਗਈ ਉੱਥੇ, ਤਾਂ ਨਹੀਂ ਹੈਜ਼ੇ ਦੀ ਹੁੰਦੀ ਸੀ, ਉਹਦੇ ਵਾਸਤੇ ਅਸਾਂ
मेरा ख्याल है अद्धी बोरी मोटिया इलायचिया की, अद्धी बोरी दालचीनी। असि दो दो तीन चाचे ताए ने पुत्र से चुक के अपना मोड़िया उत्ते रखिया, वो जो हिंदू से घोड़िया के उत्ते आए थे, कुछ उन्होंने समान चुके अपने घोड़े नाल रख लिया, हिंदू राजपूत से। उत्थे साड़ी तकरीबन मेरा ख्याल है 35-36 दिन लग गए कुछ। फिर असं बिस्तरी भी ढो लाए अपने जमान में, सब कुछ कर कत्तर लिया। उत्थे अपना अग मार जालनी रोटी रट पका पका, आखिरकार फिर आर्डर हो गया, डोगरा फौज आ गई जी साड़ी मुहाफत सी। ये पता नहीं पाकिस्तान की या किसी ने जो फौजी होंगे ने इन्हें होंगे इस तरह जी इंतजाम फिर साढ़े को बॉडीगार्ड बना के उन्होंने भेज साढ़ा 350-350 गड्ढे का एक कंप से, दो बैल जुड़ते होंगे गड्ढे। असी उत्थे सड़क साड़ियाँ बहुत लंबी चौड़िया से, बहुत चौड़िया होंगे, एक जरा पाया बनना उत्थे गड्ढे जा रहे, दूजे पाए उन्होंने फौजी इधर दे इधर नहीं होना। उन्होंने किसी किसी ने सर, हालांकि मुसलमान नहीं सी, किसी ने कुछ नहीं कहना। बाकी इत्थे तक गल आई है कि दो जगह साडा कैंप ला के दो दो चार चार दिन तो फिर रवाना हो गया। अगे जाने तो पता लगता है सानू जिहड़ा साढ़े तो पहला काफिला लंघ के गया ना, किसी होर पासों आया, उस जिस वेले उत्थों लंघिया ना, उन्होंने लोगों ने रोटियां दे विच जहर पा के आटे विच वो पका के ना उत्थे दाल चाल उत्ते पा के उन्होंने लोगों ने वो खा खू के जो तुरे, मेरा घंटा सवा घंटा के पता लग गया मर गए सारे। वो डोगरा ने डोगर फौज से जी उन्हें फिर ऐलान करता भी कैंप इस पिंड के बच्चों जो सामने सामने अगे आ रहा उतो खाना पीना किसी पिंड नहीं याद किया नहीं पिंड अच्छा 10-11 साल की उम्र की ना कि देखा ना आया पास पता लग। खैर जी फिर लोगों ने अपनी बड़ी एहतियात की इस बात सारी। दरियाए व्यासा एक दरिया है रस्ते, उस बस ये इंडिया की गंडी जी लाहौर जलंधर जाती सी ना गड्डी, इन्हें माल गड्डी मंगाई, ये जो पैदल कंप है ना बंदे उन्होंने माल गड्डी पे। ये उस पहले बयान तो पहली दूजी बारी मैं देन तो जिस वेले साड़ी पैदल से हम साढ़े चार पाँच तो मेरे साढ़े अपने घर से बाकी दूजिया भरावान के सारे, वो सारे रात में जना आर्डर हो गया उन्होंने डोगर डोगर फौज ने करता कि जो पैदल बंदे है ना वो सारे गड्डी के बच्चे पै जाए सू गे साढ़े उत्थे गड्ढे दिन एक एक दो दो बंदे छड़ते भी तुम गड्ढे लैके आ जाए उपर समान लेते आए। असी 21-22 दिन तो बाद पाकिस्तान के पैर रख रहे सारे गड्ढे भी आ गए, असी भी गुजराले पुराना उस वेले स्टेशन से पुराना स्टेशन जान दोगे देखिया कद हाँ उत्थे सानू उतार दिता छोटा जिहा बरामदा है वाह पिछले पासे उत्थे सारे असी बह बू गए ना कपड़ा ना लीड़ा असी छोड़िया भी गड्ढे भी जल्दी आ जाएंगे, वो साढ़े 22-22 दिन उत्थे लग गए। ये फिर बोली कौम पाए गुजरां वाले सानू फिर ऐलान होंदा सी वैसे जो जिहड़े पासे दे लोग आंदे सी, वो जिस वेले साडा होया ना ऐलान जिहड़ा हुशियारपुर दा कैंप फलां फलां पिंड दा वो इत्थे पहुँच गया बोली कौम दे विच जी अपने अपने बंदियां नूं तलाश करना तैयार कर। असी मैं भाई से मेरा वड्डा एक ताए दा पुत्तर सी, असी तिन्ने चारे गए गड्ढा भी अपना पछाण बंदे आए थे ना पछाण पछूण लिया, वो उत्थे कोई गलबात हुई उन्होंने कपड़े कुपड़े दिते ये किया सौ की गल उन्हें, वो उत्थे सारे रिश्तेदार आए थे ननकाने गुजराने उन्होंने फिर सानू वजह इन्हें भी दो मेरिया मशीर सी जी शादीशुदा सी, एक मिंट गुमरी की सी मिंट गुमरी एक सी अल्लाह तुहाडा भला करे इत्थे दा सांगला हाँ जी, वो फिर कह लगे भी चलो असी अपने जियां नूं लै जन्ने नाल ते तुसी अपने जिवें कर्नल साहब कहणगे तुसी उन्हां नाल चले। उन्हां आंदिया भज दौड़ भजी भाई बथेरा मुसीबत देखी शुक्र है अलहमदुलिल्लाह हुण इत्थे आ गए हुण इत्थे सारे
ਸ਼ਾਲੀਪੁਰ ਦੇ ਵਿੱਚ ਦੇਖ ਲਓ ਬਾਜ਼ਾਰ ਸਾਰਾ ਸਿਆਣਿਆਂ ਨਾਲ ਖਾਲੀ। ਜਦੋਂ ਤੁਸੀਂ ਆਏ ਸੋ ਕੀ ਸ਼ਹਿਰ ਦੀ ਕੀ ਕਫੀਅਤ ਸੀ, ਕੀ ਇੱਥੇ ਕੁਛ ਕੋਈ ਕਫੀਅਤ ਨਹੀਂ ਸੀ, ਕੋਈ ਬੁੱਕਤ ਨਹੀਂ ਸੀ ਸ਼ਹਿਰ ਦੀ, ਬਾਜ਼ਾਰ ਦੀ ਕੋਈ ਰੌਣਕ ਨਹੀਂ ਸੀ। ਦਿਨੇ 2 ਘੰਟੇ ਜਿਹੜੇ 4 ਪੈਸੇ ਬਟਣੇ ਲੋਕਾਂ ਨੇ, ਮੂੰਹੇ ਧੁੱਪ ਪੈਣੀ, ਗਰਮੀ ਲੱਗਣੀ ਸਾਰੀ, ਨਾ ਬਿਜਲੀ, ਨਾ ਲੈਣਾ, ਨਾ ਦੇਣਾ, ਹੱਟੀਆਂ ਬੰਦ ਕਰਨੀਆਂ ਕਰਨ। ਲੁੱਟੀ ਛੁੱਟੀ ਹੋਏ ਤਾਂ ਵੱਖਰੀ ਗੱਲ ਹੈ, ਤੇ ਸੜੇ ਕੋਈ ਸ਼ਹਿ ਨਹੀਂ ਸੀ, ਨਾ ਕੋਈ ਕਤਲ ਹੋਇਆ ਇੱਥੇ, ਨਾ ਕੋਈ ਕਤਲ ਕੀਤਾ ਗਿਆ, ਕੋਈ ਗੱਲਬਾਤ ਨਹੀਂ ਸੀ। ਹਾਂਜੀ ਬਿਲਕੁਲ। ਵਜ੍ਹਾ ਇਹਨਾਂ ਵੀ ਜਿਸ ਵੇਲੇ ਭਾਈ ਨੇ ਸਾਡੇ ਨੇ ਇੱਥੇ ਲਿਆਂਦੇ ਨਾ, ਉਹਨਾਂ ਨੂੰ ਨਾ ਇੱਕ ਡਾਕਖਾਨਾ ਸੀ ਛੋਟਾ ਜਿਹਾ ਇੱਥੇ, ਉਹਨੇ ਨਾ ਪਿੱਛੇ ਆਪਣੀ ਕਾਨਵਾਈ ਟੈਲੀਫੋਨ ਕੀਤਾ, ਉਸ ਕੰਪਨੀ ਦੇ ਉਹਨਾਂ ਦੇ ਵਿੱਚ ਦੋ ਨਾ ਸਾਡੇ ਭਾਈ ਜਾਨ ਦੇ ਰੈਂਕ ਦੇ ਬੰਦੇ ਸੀ, ਉਹ ਵੀ ਅਲੀਪੁਰ ਚੱਕੇ, ਇਸ ਸ਼ਹਿਰ ਦਾ ਨਾਂ ਕਾਲਗੜ੍ਹ, ਬੋਰਡ ਵੀ ਸਟੇਸ਼ਨ ਦੇ ਕਾਲਗੜ੍ਹ ਦਾ ਲੱਗਾ ਸੀ, ਸ਼ਹਿਰ 'ਚ ਵੀ ਕਾਲਗੜ੍ਹ ਮਸ਼ਹੂਰ ਸੀ। ਅਸੀਂ ਮੈਂ ਕਿਹਾ ਕਾਲਗੜ੍ਹ ਤਾਂ ਸਿੱਖਾਂ ਦਾ ਨਾਮ ਹੁੰਦਾ, ਉਹ ਫਿਰ ਗੱਲਬਾਤ ਹੁੰਦੀ ਹੈ, ਭਾਈ ਆ ਗਿਆ ਇੱਥੇ ਸਾਡੇ ਕੋਲ, ਇਹ ਮਕਾਨ ਸੀ ਛੋਟੀ ਇੱਟ ਦਾ ਸੀ, ਛੋਟੇ ਛੋਟੇ ਕਮਰੇ ਸੀ ਇੱਥੇ, ਉਹਨੇ ਪਹਿਲਾਂ ਹੀ ਕਰਾਇਆ, ਫੌਜੀ ਸੀ ਵਿਚਾਰਾ, ਸਿਆਣਾ ਬੰਦਾ ਸੀ, ਉਹਨੇ ਆਖਿਆ ਨਹੀਂ ਜੋ ਕੁਛ ਸਾਨੂੰ ਕੁਦਰਤ ਨੇ ਦਿੱਤਾ ਸੀ ਉਹੀ ਕੁਛ ਲੈਣਾ ਸੀ, ਹੋਰ ਨਹੀਂ ਲੈਣਾ, ਸਾਰੇ ਮਕਾਨ ਖਾਲੀ ਪਏ, ਵੱਡੇ ਵੱਡੇ ਮਕਾਨ। ਹਾਂ ਬਿਲਕੁਲ ਬਿਲਕੁਲ, ਉਹਨੇ ਆਖਿਆ ਜਿਹੜਾ ਪਹਿਲਾਂ ਖੁੱਲ੍ਹ ਗਿਆ ਉਹਦੇ 'ਚ ਸਾਡੀ ਬਰੈਚ ਹੋ ਜਾਏ, ਅਸਾਂ ਭਾਵੇਂ ਛੋਟਾ ਹੈ ਭਾਵੇਂ ਵੱਡਾ ਹੈ ਕੁਛ, ਉਹ ਆਪ ਸਾਨੂੰ ਇੱਥੇ ਵਸਾ ਕੇ ਰਾਸ਼ਨ ਰੂਸ਼ਨ ਇੱਥੇ ਡੀਪੂ ਬਣੇ ਹੋਏ ਸੀ, ਉੱਥੇ ਲੈ ਦੋ ਕੇ ਦੇ ਕੇ ਉਹ ਆਪ ਚਲੇ। ਅੱਛਾ, ਕੋਈ ਪਤਾ ਹੈ ਕਿਹਦਾ ਮਕਾਨ ਸੀ? ਨਹੀਂ ਉਹ ਨਾ ਹਿੰਦੂਆਂ ਦਾ ਨਾਂ ਨਹੀਂ ਕਿਸੇ ਦਾ। ਅੱਛਾ, ਇਹ ਸਾਡਾ ਆਹ ਜਿਹੜਾ ਇਹ ਹੈ ਨਾ, ਇਹ ਮਕਾਨ ਕੁਛ ਜ਼ਿਮੀਂਦਾਰ ਦਾ ਸੀ। ਅੱਛਾ, ਕਿਵੇਂ ਪਤਾ ਲੱਗਾ? ਉਹ ਲੱਗਾ ਪਤਾ ਕਿ ਇਹਦੇ ਅੰਦਰ ਨਾ ਭਾਂਡਿਆਂ ਦੇ ਵਿੱਚ ਸਮਾਨ, ਮਤਲਬ ਬਾਜਰਾ, ਜਵਾਰ ਜਵਾਰ ਇਸ ਤਰ੍ਹਾਂ ਦੀ ਚੀਜ਼ਾਂ, ਅਤੇ ਫਰਸ਼ ਲੱਗੀ ਸੀ ਇੱਟਾਂ ਦੇ, ਉਹ ਵੀ ਇਹਨੇ ਫਾਸਲੇ 'ਤੇ ਲਾਉਂਦੇ ਸੀ ਇੱਟਾਂ, ਇਹਨਾਂ ਦੇ ਵਿੱਚ ਚਵਾਨੀਆਂ ਅਠਿਆਨੀਆਂ ਉਹਨਾਂ ਨੇ ਲਾਈ। ਉਹ ਇੱਕ ਦਿਨ ਪਤਾ ਨਹੀਂ ਬੈਠੇ ਬੈਠੇ ਆਈਆਂ ਉਂਗਲਾਂ ਸੀ ਮਾਰੀਆਂ, ਉਹਦੇ ਵਿੱਚ ਦਵਾਨੀ ਆਈ ਚੌਂਖਾਨੇ ਵਾਲੀ, 4 ਖਾਨੇ ਹੁੰਦੇ ਸੀ। ਹਾਂ, ਅਸੀਂ ਵੀ ਨਿਆਣੇ ਸੀ ਸਮਝੋ, ਅਸੀਂ ਉਹ ਅਗਲਾ ਵੀ ਖੋਲ, ਉਹ ਵੀ ਖੋਲ, ਉਹ ਵੀ ਖੋਲ, ਕੱਢ ਲੈ ਅਤੇ ਵਕਤ ਦੇਖਿਆ ਬਹੁਤ ਬੜਾ ਬੜਾ ਸਖਤ, ਹੁਣ ਦਿਮਾਗ ਵੀ ਕੰਮ ਨਹੀਂ ਕਰਦਾ ਸਾਫ। ਸਾਡੇ 4 ਚੁਫੇਰੇ ਜੀ ਪਿੰਡ ਜਿਹੜੇ ਸਨ ਨਾ, ਉਹਨਾਂ ਦੇ ਨਾਂ ਨੇ, ਇੱਕ ਮਹਿੰਦੀ ਬੁਰਾ ਸੀ, ਇੱਥੇ ਲੰਘਦੇ ਸੀ ਸੱਜਿਓ ਪਾਸੇ ਉਹ ਸਾਡੇ ਕਬਰਸਤਾਨ ਸੀ, ਅਤੇ ਖੱਬੇ ਪਾਸੇ ਹਿੰਦੂ ਆਉਂਦੇ ਸੀ ਸਿਵੇ ਜੀ ਨੂੰ ਕਹਿੰਦੇ, ਉਹਦੇ ਵਿੱਚੋਂ ਅਸੀਂ ਲੰਘ ਕੇ 1-2 ਵਾਰੀ ਗਏ ਹਾਂ ਉਸ ਪਿੰਡ। ਹਾਂ, ਮੇਰੇ ਪੜ੍ਹਦੇ ਰਹੇ ਤਾਇਆ ਜੀ, ਮੈਂ 3ਜਮਾਤ 'ਚ ਹਾਂ। ਕਿਹੜੇ ਸਕੂਲ ਵਿੱਚ? ਸਕੂਲ ਪ੍ਰਾਈਵੇਟ ਸਕੂਲ, ਉੱਥੇ ਤੁਹਾਡੇ ਪਹਿਲਾ ਚੌਰ ਬਲਾ ਚੌਰ? ਹਾਂ, ਸਕੂਲ 'ਚ ਘਰ 'ਚ ਮੇਰਾ ਖਿਆਲ ਮੀਲਾਂ ਦੇ ਵਿੱਚ ਪਿੰਡ ਸ਼ਹਿਰ ਹੈ ਸਾਡਾ। ਹਾਂਜੀ, ਕਸਬੇ ਘੁਆਉਂਦੇ ਸੀ, ਉਦੋਂ ਇਹ ਗੱਲਾਂ ਨਹੀਂ ਸੀ ਕਿ ਛੋਟਾ ਕਿਵੇਂ ਹੈ, ਵੱਡਾ ਕਿਵੇਂ ਹੈ, ਇਹ ਹੈ ਹੈ, ਇੱਜ਼ਤ ਬੜੀ ਸੀ। ਜਿਹੜੇ ਬਾਕੀ ਦੋ ਗੈਰ ਮੁਸਲਿਮ ਸਨ, ਹਿੰਦੂ ਸਿੱਖ, ਉਹਨਾਂ ਨਾਲ ਕਿਵੇਂ ਰਲ ਕੇ ਰਹਿੰਦੇ ਸੀ, ਕਿਵੇਂ ਦੇ ਤਲਕ ਸਨ ਤੁਹਾਡੇ? ਉੱਥੇ ਸਾਡੇ ਹਾਂਜੀ ਬਿਹਤਰੀਨ ਸੀਗੇ, ਸਾਡੇ ਜਿਵੇਂ ਇਹ ਨਾਲ ਗੁਆਂਢੀ ਹੋਣ ਨਾ। ਅੱਛਾ, ਹਿੰਦੂ ਰਾਜਪੂਤ ਵਸਦੇ ਸੀ, ਉਹਨਾਂ ਦੇ ਜਿਹੜੇ ਘਰਾਂ 'ਚ ਦਰਖਤ ਸੀਗੇ ਉਹ ਸਾਡਿਆਂ ਕੋਠਿਆਂ 'ਤੇ ਆਉਂਦੇ ਸੀ, ਜਿਹੜੇ ਸਾਡੇ ਵਿਹੜਿਆਂ ਦੇ ਵਿੱਚ ਕੋਈ ਦਰਖਤ ਸੀ ਉਹਨਾਂ ਦੇ ਉੱਧਰ ਜਾਂਦੇ ਸੀ। ਤੁਹਾਡੇ ਗੁਆਂਢੀ ਸਨ? ਹਾਂਜੀ। ਅੱਛਾ, ਕੋਈ ਲੜਾਈ ਨਹੀਂ, ਝਗੜਾ ਨਹੀਂ, ਵਗੈਰਾ ਨਹੀਂ, ਨਗੈੜਾ ਨਹੀਂ, ਕੁਝ ਅੱਲਾਹ ਨੇ ਤੋਫੀਕ ਦਿੱਤੀ, ਇੱਦਾਂ ਆ ਗਈਆਂ। ਉਹ ਭਾਈ ਹੁਣੀ ਬਾਹਰੋਂ ਆ ਗਏ ਫੌਜ 'ਚੋਂ, ਉਹਨੇ ਇੱਥੇ ਕਰਵਾਉਣੇ, ਉੱਥੇ ਕਰਵਾਉਣੀਆਂ ਸ਼ੁਰੂ ਕਰਤੀਆਂ। ਪਹਿਲਾਂ ਵੀ ਕਰਦੇ ਸੀਗੇ, ਸਾਡੇ ਜੀ ਸਿੱਖ ਵੀ ਗੋਸ਼ਤ ਖਾਂਦੇ ਸੀ, ਹਿੰਦ ਵੀ ਗੋਸ਼ਤ ਖਾਂਦੇ। ਕੁਰਬਾਨੀ ਦਾ? ਹਾਂਜੀ, ਔਰ ਛੋਟਾ ਵੱਡਾ ਕਰੋ, ਛੋਟਾ ਕਰੋ, ਕੁਰਬਾਨੀ ਦਾ ਜੋੜ। ਵੱਡੇ ਦਾ ਰੌਲਾ ਤਾਂ ਕੋਈ ਨਹੀਂ ਸੀ ਨਾ, ਕੋਈ ਪੈਂਦ ਝਗੜਾ ਇੱਕ ਦੇਖਿਆ ਮੈਂ ਆਪਣੇ ਜੀ, ਕਿਵੇਂ ਬਸ ਉਹ ਜਾਨਵਰ ਜੋ ਸਿੱਟਿਆ ਛੁੱਟ ਗਿਆ, ਕੱਟਾ ਸੀ, ਨਸਿਆ 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 ਉਹਨਾਂ ਦੇ ਵਾੜੇ 'ਚ।
ਹੁਣ ਤੇ ਵਗਦਾ ਸੀ ਸਾਡੇ ਵਾਲੇ ਛੁਰੇ ਲੈ ਕੇ ਮਗਰ ਪੈ ਸੀ ਉੱਥੇ ਜਿਸ ਵੇਲੇ ਉਹ ਖੂਨ ਖਤਮ ਹੋਣ ਲੱਗਾ ਉਹਦੇ ਵਾਲਾ ਵੀ ਮੁੱਕਾ ਮੁੱਕਣ ਲੱਗਾ ਉਹਨਾਂ ਉਸ ਵੇਲੇ ਡਿੱਗਿਆ ਉਹਨਾਂ ਨੇ ਬਿਸਮਿਲ੍ਲਾ ਅੱਲਾਹ ਉਹਨਾਂ ਆਖਿਆ ਜੀ ਰਾਮ ਰਾਮ ਇਹ ਕੀ ਗੱਲ ਹੈ ਆਖਦੀ ਸਾਡੀ ਗੱਲ ਤਾਂ ਕੋਈ ਨਹੀਂ ਹੈ ਜਾਨਵਰ ਨੱਸਿਆ ਤੁਸੀਂ ਪੁੱਛਣਾ ਕਿਹਨੂੰ ਪੁੱਛ ਕੇ ਕੀਤਾ ਕਿਹਨੂੰ ਪੁੱਛੀਏ ਅਸੀਂ ਸਾਡਾ ਅੱਜੇ ਨੂੰ ਪੁੱਛਦੇ ਵਾਲਾ ਹੈ ਸਾਡੇ ਅੱਲਾਹ ਦਾ ਹੁਕਮ ਹੈ ਸਾਡੇ ਨਬੀ ਦਾ ਤੁਸੀਂ ਆਪਣਿਆਂ ਨੇ ਹੁਕਮਾਂ ਮੰਨਦੇ ਹੋ ਅਸੀਂ ਆਪਣਿਆਂ ਨੇ ਮੰਨਦੇ ਅਸੀਂ ਇਹ ਸਾਲ ਦੇ ਸਾਲ ਕਰ ਰਹੇ ਹਾਂ ਉਹਨਾਂ ਨੂੰ ਐਲਾਨ ਕਰਤਾ ਬੜੀਆਂ ਗੱਲਾਂ ਹੁਣ ਤਾਂ ਯਾਦ ਨਹੀਂ ਯਕੀਨ ਕਰਿਆ ਜੀ ਬਥੇਰੀਆਂ ਗੱਲਾਂ ਨੇ ਝੜ ਛਡਾ ਕੇ ਫਿਰ ਅੱਲਾਹ ਅੱਲਾਹ ਕੀਤਾ ਜੀ ਅੱਲਾਹ ਦਾ ਫਜ਼ਲ ਹੈ ਕਾ ਮੈਂ ਪੌਲ ਮਾਰਾ ਪਾਕ ਇਹ ਬੱਚੇ ਤਿੰਨ ਬਾਰ ਸੀਗੇ ਅਤੇ ਆਪਣਾ ਆਪ ਦੁਕਾਨਦਾਰੀ ਦੁਕਾਨ ਦੁਕਾਨਾਂ ਦੋ ਨੇ ਮੇਰੀ ਕੰਮ ਨਹੀਂ ਸਕਦਾ ਇੱਕ ਮੈਂ ਕਿਰਾਏ 'ਚ ਦਿੱਤੀ 55,000 ਰੁਪਇਆ ਬਾਰਾਂ ਸਾਲ ਦਾ ਮੈਂ ਕੀ ਵੇਖ ਸਕਦਾ ਸੀ ਬਸ ਇਸ ਤਰ੍ਹਾਂ ਦੀ ਗੱਲਾਂ ਨੇ ਪਾਈ ਜੀ ਹੁਣ ਕੀ ਸਮਝਦੇ ਹੋ ਤੁਸੀਂ ਪਾਕਿਸਤਾਨ ਬਣਨ ਦਾ ਕੀ ਫਾਇਦਾ ਹੋਇਆ ਕੀ ਨੁਕਸਾਨ ਹੋਇਆ ਕਿਹਨਾਂ ਨੂੰ ਨੁਕਸਾਨ ਹੋਇਆ ਜਾਂ ਕਿਹੜੇ ਫਾਇਦੇ 'ਚ ਲੋਕ ਰਹੇ ਇਹ ਮੁਕੱਦਰਾਂ ਦੇ ਸੌਦੇ ਹੁੰਦੇ ਅਗਰ ਸਾਡੇ ਸਾਰੇ ਮਕਾਨ ਪੱਕੇ ਨਹੀਂ ਸੀ ਸਾਰੇ ਕੱਚੇ ਜਿਹੜੇ ਡੰਗਰਾਂ ਦੇ ਸੀ ਉਹ ਕੱਚੇ ਸੀ ਢੱਗਿਆਂ ਦੇ ਸੀ ਮੱਝਾਂ ਦੇ ਸੀ ਅਤੇ ਜਿਹ 'ਚ ਅਸੀਂ ਰਹਿੰਦੇ ਸੀ ਉਹ ਪੱਕੇ ਸੀ ਅਤੇ ਉਹ ਜਿੰਨੇ ਵੀ ਸਾਡੇ ਸਾਡੇ ਘਰੋਂ ਮੁਸਲਮਾਨਾਂ ਦੇ ਜਿਹੜੇ ਚੌਂਕ ਵਿੱਚ ਇੱਧਰ ਵੀ ਮੁਸਲਮਾਨ ਹੀ ਮੁਸਲਮਾਨ ਉੱਥੇ ਹੋਰ ਕੋਈ ਬੰਦਾ ਨਹੀਂ ਨਹੀਂ ਮੈਨੂੰ ਪਹਿਲਾਂ ਨਹੀਂ ਦੱਸਿਆ ਸਾਰੇ ਵੱਖੋ ਵੱਖ ਹਾਂ ਮਹੱਲੇ ਵੱਖਰੇ ਕੋਈ ਵੀ ਕਿਸੇ ਕਿਸਮ ਦੀ ਗੱਲ ਨਹੀਂ ਸੀ ਨਾ ਕੋਈ ਲੜਾਈ ਝਗੜਾ ਹਿੰਦੂਆਂ ਨਾਲ ਨਾ ਕਿਸੇ ਗੱਲ ਬੜੀ ਮੁਹੱਬਤ ਹੋਣੀ ਹੈ ਜੀ ਲੰਗਰ ਅਗਰ ਕਿਸੇ ਦੇ ਪੈਲੇ 'ਚ ਜਾ ਵੜੇ ਜਾ ਕੇ ਉਹਨਾਂ ਨੇ ਨਾਰਾਜ਼ ਨਹੀਂ ਉਹਨਾਂ ਆਖਣਾ ਨਹੀਂ ਇਹ ਮਲਕਾਂ ਦੇ ਦਿਓ ਵਾਪਸ ਕਰੋ ਚੱਲ ਕੋਈ ਗੱਲ ਨਹੀਂ ਫਿਰ ਜੇ ਬਾਲਾਂ ਨੇ ਕੋਈ ਸ਼ਹਿ ਆਉਣੀ ਕਰੋ ਆਪਣੇ ਕਰੋ ਉਹਨਾਂ ਨੇ ਸਭ ਕੁਛ ਫਸਲ ਚੁੱਕਣੀ ਆਪਣੇ ਖੇਤਾਂ 'ਚੋਂ ਸਾਡੇ ਘਰਾਂ 'ਚ ਵੀ ਜੇ ਕੋ ਅਸੀਂ ਸਾਡਾ ਕੋਈ ਈਦਾਂ ਸ਼ਿਵਰਾਤਾਂ ਆਉਣੀਆਂ ਅਸੀਂ ਉਹਨਾਂ ਦੇ ਘਰ ਸ਼ਾਦੀਆਂ 'ਤੇ ਵੀ ਸਾਦੇ ਸੀ ਬਿਲਕੁਲ ਸਾਦੇ ਖਾਣੇ ਪੀਣੇ ਜਿਵੇਂ ਹਾਂ ਪੱਕਦਾ ਖਾਂਦੇ ਆ ਇਹ ਹੁਣ ਅਗਲੀ ਗੱਲ ਦਾ ਨਹੀਂ ਪਤਾ ਵੀ ਭਾਂਡੇ ਆਪਣੇ ਲਿਆਉਂਦੇ ਸੀ ਜਾਂ ਸਾਡੇ ਵੇਖੇ ਹਾਂ ਬਿਲਕੁਲ ਬਹੁਤ ਇਤਫਾਕ ਹੁੰਦਾ ਬਹੁਤ ਇਤਫਾਕ ਬਲਕਿ ਇਮਦਾਦਾਂ ਕਰਦੇ ਸਨ ਇੱਕ ਦੂਸਰੇ ਦੀ ਵੀ ਰਾਮ ਰਾਮ ਕੀ ਚਾਹੀਦਾ ਦੱਸੋ ਸਾਡੇ ਸਾਡੇ ਸਾਨੂੰ ਕੀ ਚਾਹੀਦਾ ਤੁਹਾਡਾ ਅੱਛੇ ਬੰਦੇ ਵੀ ਹੈ ਸਨ ਸਾਰੇ ਅੱਛੇ ਸਾਰੇ ਅੱਛੇ ਕੋਈ ਭੈਣ ਉਹ ਤਾਂ ਹੁਣ ਤਾਂ ਗੱਲ ਘਰਾਂ 'ਚ ਨਹੀਂ ਸਲੂਕ ਰਹਿ ਗਏ ਹੁਣ ਬੰਦਿਆਂ ਨੇ ਕੀ ਅੱਛੇ ਪਾਕਿਸਤਾਨ ਬਣਨ ਵਾਲੇ ਇਸਲਾਮ ਜਿਹੜਾ ਹੈ ਕੋਈ ਜ਼ਿਆਦਾ ਸਰਬਲੰਦ ਹੋਇਆ ਜਾਂ ਕਿ ਕਿਸ ਤਰ੍ਹਾਂ ਇਹਦੇ 'ਚ ਕੀ ਫਰਕ ਪਿਆ ਕੀ ਸਮਝਦੇ ਉਦੋਂ ਵਕਤ ਚੰਗੇ ਸਨ ਜਾਂ ਹੁਣ ਵਕਤ ਚੰਗੇ ਵਕਤ ਇਹ ਵੇ ਉੱਧਰ ਹਿੰਦੂ ਰਾਜਪੂਤ ਸਿੱਖ ਈਸਾਈ ਵੱਖ ਵੱਖ ਸੀਗੇ ਮੁਸਲਮਾਨਾਂ ਦੇ ਜਿੰਨੇ ਘਰ ਸਨ ਸਾਰੇ ਨਮਾਜ਼ੀ ਸੀ ਇੱਦਾਂ ਸ਼ਬਰਾਤਾਂ ਕਰਨੀਆਂ ਨਮਾਜ਼ੀ ਸੀ ਅੱਲਾਹ ਵਾਲੇ ਸੀ ਸਭ ਕੁਛ ਅਸੀਂ ਤਾਂ ਇੱਥੇ ਵੀ ਆ ਗਏ ਹਾਂ ਇਸ ਮੱਲਾ ਹੈ ਸਾਰਾ ਹੈ ਤੁਹਾਡੀ ਦੁਆ ਨਾਲ ਮੈਂ ਅੰਦਰ ਦੀ ਗੱਲ ਮੈਂ ਮੈਨੂੰ ਅੱਲਾਹ ਨੇ ਸੱਤ ਮੇਰੀ ਬੁਲਾਇਆ ਸੱਤ ਦਫ਼ਾ ਚਾਰ ਮੇਰੇ ਉਮਰੇ ਨੇ ਇੱਥੋਂ ਜਾ ਕੇ ਤੇਰੇ ਮੇਰੇ ਹੱਥ ਬਾਪ ਦੇ ਨਾਂ ਦਾ ਮਾਂ ਦੇ ਨਾਂ ਦਾ ਆਪਣੇ ਅਸੀਂ ਫਰਜ਼ ਵਧਾ ਕੀਤੀ ਹੁਣ ਅੜੀ ਗੱਲ ਗਈ ਆ ਮੌਤ ਕਿਵੇਂ ਤੁਹਾਨੂੰ ਪਤਾ ਲੱਗਾ ਕਿ ਪਾਕਿਸਤਾਨ ਬਣ ਗਿਆ ਜਾਂ ਸਾਨੂੰ ਇੱਥੇ ਜਾਣਾ ਪੈਣਾ ਹੈ ਜਾਂ ਤੁਸੀਂ ਆਪਣੀ ਮਰਜ਼ੀ ਨਾਲ ਉੱਠੇ ਜਾਂ ਤੁਹਾਨੂੰ ਜ਼ਬਰਦਸਤੀ ਉਠਾਇਆ ਗਿਆ ਨਹੀਂ ਜ਼ਬਰਦਸਤੀ ਅਸੀਂ ਆਪਣੇ ਉੱਠਿਆ ਅੱਛਾ ਸਾਡੇ ਬਲਕਿ ਆ ਕੇ ਹਰ ਹਿੰਦੂਆਂ ਨੇ ਆ ਕੇ ਯਾਨੀ ਇੱਥੇ ਗੱਲ ਸੀ ਫਿਰ ਉਹਦੀ ਸੀ ਗੱਲ ਅੱਛਾ ਜ਼ਬਰ ਕੀਤਾ ਕੈਂਪ ਟੁਰ ਗਿਆ
ਅਸੀਂ ਚੁੱਕੀ ਦੀ ਟੋਪੀ ਟੁੱਟ ਗਈ। ਅੱਗੇ ਜਾ ਕੇ ਸਟਾਪ ਹੋ ਗਿਆ। ਕੋਈ ਰਾਹ ਜਾਂਦਾ ਹਿੰਦੂ ਸੀ ਜਾਂ ਸਿੱਖ ਸੀ ਸਾਨੂੰ ਨਹੀਂ ਪਤਾ। ਉਹ ਸਾਡੇ ਪਿੰਡ ਵਿੱਚੋਂ ਲੰਘਣਾ ਸੀ ਉਹਨੇ। ਉਹਨੇ ਜਾ ਕੇ ਸਾਡੇ ਤਾਇਆ ਉੱਠਿਆ, ਕਹਿਣ ਲੱਗਾ ਮੇਰੀ ਟੋਪੀ ਟੁੱਟ ਗਈ, ਕੋਈ ਗੱਲ ਨਹੀਂ, ਬਸ ਸੁਨੇਹਾ ਭੇਜ ਦੇ। ਸੁਨੇਹਾ ਭੇਜ ਚੜਿਆ, ਸਵੇਰ ਨੂੰ ਟੋਪੀ ਲੈ ਕੇ ਆ ਗਿਆ ਕੈਂਪ ਦੇ ਵਿੱਚ। ਅਸੀਂ ਉੱਧਰ ਬਿਸਤਰੇ ਵੀ ਬੰਨ੍ਹਦੇ ਹਾਂ ਟੁੱਟਣ ਨੂੰ, ਉਹ ਟੋਪੀ ਲੈ ਕੇ ਆ ਗਿਆ। ਆਖਣ ਲੱਗਾ ਰਾਮ ਨਾਲ ਟੋਪੀ ਤੁਹਾਡੀ ਟੁੱਟ ਗਈ, ਸੁਨੇਹਾ ਆਇਆ। ਬੜੇ ਇਲਾਕੇ 'ਤੇ ਤੁਹਾਡੇ ਪਰ ਅੱਛੇ ਆ ਬੰਦੇ ਸਮਝੇ ਇਸ ਤਰ੍ਹਾਂ। ਸਾਨੂੰ ਕਿਸੇ ਕਿਸਮ ਦੀ ਤਕਲੀਫ ਨਹੀਂ, ਇੱਥੇ ਜਾ ਕੇ ਸੰਕੜੋ ਦੇਖੀਆਂ ਨੇ, ਆਪਣੀਆਂ ਵੀ ਦੇਖੀਆਂ, ਸ਼ਹਿਰ ਵਿੱਚ ਵੀ ਦੇਖੀਆਂ। ਮਤਲਬ ਤੁਹਾਡੇ 'ਤੇ ਪਿੰਡ 'ਤੇ ਹਮਲਾ ਜਾਂ ਕੋਈ ਨਹੀਂ? ਕੋਈ ਚੀਜ਼ ਨਹੀਂ ਸਾਡੇ ਪਿੰਡ 'ਚ, ਨਾ ਕਿਸੇ ਕਿਸੇ ਨੇ ਸਿੱਖ ਨੂੰ ਵੜਨ ਦਿੱਤਾ ਹਿੰਦੂਆਂ ਨੇ, ਅਤੇ ਨਾ ਸਾਡੇ ਦੇ ਅਸੀਂ ਦੇਖੇ ਵੀ ਨਹੀਂ, ਯਕੀਨ ਕਰਿਆ। ਹਾਂ ਵਾਪਸੀ ਜਿਸ ਵੇਲੇ ਆ ਰਹੇ ਸੀ ਉਹ ਗੱਲ ਵੱਖਰੀ ਹੈ। ਜਦੋਂ ਕੈਂਪ ਟੁੱਟਦੇ ਸੀ ਨਾ, ਜਿੱਥੋਂ ਸੜਕਾਂ ਖਰਾਬ ਹੋਈਆਂ ਸੀ, ਬਾਰਿਸ਼ਾਂ ਪਈਆਂ ਸੀ, ਉੱਥੇ ਸਿਰੀਆਂ ਗੋਡੇ ਸਿਰੇ ਮਰੇ, ਅਸੀਂ ਅੱਖਾਂ ਢੱਕ ਲੈਣੀਆਂ, ਰੋਣ ਲੱਗ ਜਾਣਾ। ਬੜੇ ਵੱਖ ਦੇਖੇ ਭਾਈ। ਅੱਛਾ, ਕੀ ਤੁਹਾਡਾ ਦਿਲ ਕਰਦਾ ਮੈਂ ਆਪਣਾ ਇਲਾਕਾ ਕੋ ਮੌਕਾ ਮਿਲੇ? ਬਾਕੀ ਹੋਰ ਮੁਸਲਮਾਨ ਜਿਹੜੇ ਸਨ ਉੱਥੇ ਜ਼ਿਮੀਂਦਾਰ ਸਨ? ਉਹ ਕੁਛ ਜ਼ਿਮੀਂਦਾਰ ਵੀ ਸੀ, ਕੁਛ ਦੁਕਾਨਦਾਰ ਵੀ ਸੀ। ਅੱਛਾ, ਕੋਈ ਮਿਹਨਤ ਕਸ਼ ਵੀ ਸੀ, ਜਿੱਦਾਂ ਕਿੱਦਾਂ ਜਿਵੇਂ ਆਹ ਸ਼ਹਿਰ ਹੈ ਰਲ ਵਿੱਚ ਸਾਰੇ ਆਪਣੀ ਹਿਸਾਬ ਕਿਤਾਬ ਕਰਦੇ। ਲੋ ਜੀ, ਬਜ਼ੁਰਗਾਂ ਨੇ ਤੁਹਾਨੂੰ ਆਪਣੀਆਂ ਯਾਦਦਾਸ਼ਤਾਂ ਦੱਸੀਆਂ, ਸਾਰੀਆਂ ਬੜੀਆਂ ਮਾਸ਼ਾ ਅੱਲਾ ਨਾਲ ਤਰਸੀ ਨਹੀਂ ਕਹਿੰਦੀ, ਅੱਲਾ ਤੰਦਰੁਸਤੀ ਰੱਖੀ, ਫੇਰ ਆਓ ਤੇ ਜੋ ਕੋਈ ਯਾਦਦਾਸ਼ਤ ਆ ਜਾਏਗੀ। ਬੜੀਆਂ ਸੋਹਣੀਆਂ ਗੱਲਾਂ ਕਰਦੇ ਨੇ, ਤੇ ਅਜੇ ਵੀ ਉਹਨਾਂ ਨੂੰ ਉਹਨਾਂ ਲੋਕਾਂ ਨਾਲ ਉਸ ਧਰਤੀ ਨਾਲ ਕਿੱਡਾ ਜੇ ਪਿਆਰ ਹੈ। ਚਲੋ ਠੀਕ ਹੈ, ਖੁਦਾ ਹਾਫਿਜ਼।